ਸਿਮਰਨ ਕਰਦੇ ਕਰਦੇ ਜਦੋਂ ਆਪਾਂ ਪਹਿਲਾਂ ਪਹਿਲਾਂ ਧਿਆਨ ਦੇ ਵਿੱਚ ਬੈਠਦੇ ਆ ਨਾ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਨੂੰ ਕੁਝ ਸੁਣਾਈ ਦੇਵੇ ਕਿਉਂਕਿ ਆਪਾਂ ਗੁਰਬਾਣੀ ਦੇ ਕੋਲੋਂ ਇਹ ਸੁਣਿਆ ਹੁੰਦਾ ਹੈ ਕਥਾ ਵਿਚਾਰਾਂ ਦੇ ਵਿੱਚ ਇਹ ਸੁਣਿਆ ਹੁੰਦਾ ਹੈ ਕਿ ਅੰਦਰੋਂ ਆਵਾਜ਼ਾਂ ਵੀ ਪ੍ਰਗਟ ਹੁੰਦੀਆਂ ਨੇ ਜਦੋਂ ਕੋਈ ਨਾਮ ਅਭਿਆਸੀ ਲਗਾਤਾਰ ਬੈਠਦਾ ਜਾਂ ਧਿਆਨ ਦੇ ਵਿੱਚ ਮਾਲਕ ਕਿਹੜੇ ਵੇਲੇ ਕਿਰਪਾ ਕਰ ਦਿੰਦੇ ਆ ਪਤਾ ਵੀ ਨਹੀਂ ਲੱਗਦਾ ਤੇ ਜਦੋਂ ਕਿਰਪਾ ਹੋ ਜਾਂਦੀ ਆ ਫਿਰ ਸਾਨੂੰ ਬੜੇ ਭਰਮ ਭਲੇਖੇ ਪੈਂਦੇ ਆ ਕਿ ਇਹ ਆਵਾਜ਼ਾਂ ਕਿਤੇ ਉਹ ਬਾਹਰੋਂ ਆ ਰਹੀਆਂ ਆ ਜਾਂ ਕਈ ਵਾਰ ਪਾ ਬਾਹਰ ਦੀਆਂ ਆਵਾਜ਼ਾਂ ਨੂੰ ਅੰਦਰਲੀਆਂ ਆਵਾਜ਼ਾਂ ਸਮਝਦੇ ਆ ਪਰ ਜੋ ਵੀ ਹੈ ਜਦੋਂ ਵੀ ਕਿਰਪਾ ਹੁੰਦੀ ਹੈ ਤਾਂ ਬਹੁਤ ਆਨੰਦ ਆਉਂਦਾ ਹੈ ਕਿਉਂਕਿ ਮਨ ਸਾਡਾ ਉਸ ਅਵਸਥਾ ਤੇ ਜਾ ਪਹੁੰਚਾ ਜਿੱਥੇ ਗੁਰੂ ਸਾਹਿਬ ਜੀ ਸਾਨੂੰ ਪਹੁੰਚਾਉਣਾ ਚਾਹੁੰਦੇ ਆ ਜਿੱਥੇ ਉਹ ਸਾਡਾ ਭਲਾ ਸੋਚਦੇ ਆ ਜਿੱਥੇ ਉਹ ਸਾਨੂੰ ਨਾਮ ਦਾ ਖਜ਼ਾਨਾ ਦੇਣਾ ਚਾਹੁੰਦੇ ਆ ਓਪੀ ਗੇਮਰ ਆਪਾਂ ਨੂੰ ਕਮੈਂਟ ਕਰਦੇ ਆ ਵੀਰ ਜੀ ਮੇਰੇ ਦੋਵੇਂ ਕੰਨਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਆਵਾਜ਼ਾਂ ਚੱਲਦੀਆਂ ਮੈਂ ਕਿਹੜੀ ਤੇ ਕਿੱਦਾਂ ਇਹ ਆਵਾਜ਼ ਸੁਣਾ ਮੈਨੂੰ ਜ਼ਰੂਰ ਦੱਸੋ ਖੱਬੇ ਕੰਨ ਦੇ ਵਿੱਚ ਉਹ ਬਾਰੀਕ ਸੀਧੀ ਵਰਗੀ ਆਵਾਜ਼ ਆਉਂਦੀ ਆ ਤੇ ਸੱਜੇ ਕੰਨ ਦੇ ਵਿੱਚ ਸ਼ਾਂਤ ਮੈਡੀਟੇਸ਼ਨ 뮤ਜ਼ਿਕ ਟੇਪ ਵੱਜ ਦੇ ਵਰਗੀ ਆਵਾਜ਼ ਆਉਂਦੀ ਆ ਅਸੀਂ ਧਿਆਨ ਦੇ ਵਿੱਚ ਲਗਾਤਾਰ ਬੈਠਦੇ ਆ ਜਦੋਂ ਬੈਠਦੇ ਆ ਤਾਂ ਮਾਲਕ ਕਿਰਪਾ ਕਰਕੇ ਅੰਦਰੋਂ ਅਨਹਦ ਸ਼ਬਦਾ ਨੂੰ ਪ੍ਰਗਟ ਕਰਦੇ ਜਦੋਂ ਪ੍ਰਗਟ ਹੋ ਜਾਂਦੇ ਆ ਤਾਂ ਜੀਵੇ ਸੋਚਦਾ ਕਿ ਇਹ ਆਵਾਜ਼ ਕਿੱਥੋਂ ਆ ਰਹੀ ਆ ਕਿਹਨੇ ਆ ਰਹੀ ਆ ਕੌਣ ਚਲਾ ਰਿਹਾ ਇਸ ਆਵਾਜ਼ ਨੂੰ ਇਹ ਸਾਰਾ ਗਿਆਨ ਸਾਨੂੰ ਕਿੱਥੋਂ ਮਿਲੇਗਾ ਬਾਣੀ ਤੋਂ ਮਿਲੇਗਾ ਬਾਣੀ ਦੇ ਵਿੱਚ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ ਦੇਵ ਸਥਾਨੇ ਕੀ ਨਿਸ਼ਾਨੀ ਤਹਿ ਵਾਜੇ ਸ਼ਬਦ ਅਨਹਦ ਬਾਣੀ ਇਹ ਆਵਾਜ਼ਾਂ ਜੋ ਆ ਰਹੀਆਂ ਨੇ ਇਹ ਦਸਮ ਦਵਾਰ ਤੋਂ ਆ ਰਹੀਆਂ ਨੇ ਜੀਵ ਜਦੋਂ ਅਭਿਆਸ ਕਰਦਾ ਕਰਦਾ ਤ੍ਰੈ ਗੁਣ ਮਾਇਆ ਨੂੰ ਪਾਰ ਕਰ ਜਾਂਦਾ ਜਦੋਂ ਉਹ ਪਰਲੋਕ ਦੀ ਹੱਦ ਤੇ ਚਲਾ ਜਾਂਦਾ ਤਾਂ ਇਸ ਨੂੰ ਇਹ ਆਵਾਜ਼ਾਂ ਸੁਣਾਈ ਦਿੰਦੀਆਂ ਜਿੱਥੋਂ ਵੀ ਜਿਹੜੀ ਵੀ ਮੌਜੂਦਾ ਸਮੇਂ ਦੇ ਵਿੱਚ ਸਾਨੂੰ ਆਵਾਜ਼ ਸੁਣਾਈ ਦਿੰਦੀ ਆ ਕਲੀਅਰ ਉਸ ਨੂੰ ਸੁਣਨਾ ਸ਼ੁਰੂ ਕਰ ਦੇਣਾ ਗੁਰਮਖ ਪਿਆਰੇ ਦੱਸਦੇ ਹੁੰਦੇ ਆ ਕਿ ਇੱਕੋ ਵਾਰ ਦੇ ਵਿੱਚ ਕਈ-ਕਈ ਆਵਾਜ਼ਾਂ ਪ੍ਰਗਟ ਹੋ ਜਾਂਦੀਆਂ ਤੁਹਾਨੂੰ ਜਿਹੜੀ ਆਵਾਜ਼ ਬਿਨਾਂ ਸਰੀਰ ਨੂੰ ਡਿਸਟਰਬ ਕੀਤੇ ਜ਼ੋਰ ਲਾਇਆ ਬਿਨਾਂ ਜ਼ੋਰ ਲਾਇਆ ਸੁਣਾਈ ਦਿੰਦੀ ਆ ਉਸ ਨੂੰ ਪਿਆਰ ਦੇ ਨਾਲ ਸੁਣੋ ਤੇ ਉਹਦੇ ਵਿੱਚ ਸਮਾ ਜਾਓ ਸੋ ਆਪਾ ਵਾਹਿਗੁਰੂ ਜੀ ਕੋਈ ਵੀ ਵਹਿਮ ਨਹੀਂ ਕਰਨਾ ਖੱਬੇ ਚੋਂ ਆਉਂਦੀ ਆ ਕਿ ਸੱਜੇ ਤੋਂ ਆਉਂਦੀ ਆ ਜਿੱਥੋਂ ਵੀ ਆਉਂਦੀ ਆ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਅਭਿਆਸ ਕਰਨਾ ਵਾਹ ਗੁਰੂ ਵਾਹ ਗੁਰੂ ਫਿਰ ਤੁਸੀਂ ਇਹਨਾਂ ਅਨਹਦ ਦੁਨੀਆਂ ਨੂੰ ਸੁਣ ਸਕਦੇ ਆ ਇਸ ਮਾਰਗ ਦੇ ਉੱਤੇ ਚੱਲਦੇ ਆ ਇਸ ਮਾਰਗ ਦੇ ਉੱਤੇ ਚੱਲਦੇ ਆ ਚੱਲਦੇ ਆ ਸੰਗਤ ਕਰਨੀ ਬਿਲਕੁਲ ਵੀ ਨਹੀਂ ਭੁੱਲਣੀ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਬਹੁਤ ਜ਼ੋਰ ਲਾਇਆ ਹੈ ਗੁਰਬਾਣੀ ਦੇ ਵਿੱਚ ਸਾਨੂੰ ਸੰਗਤ ਕਰਨ ਲਈ ਆਖਿਆ ਗਿਆ ਹੈ ਸੰਗਤ ਉਹ ਜੀਵ ਕਰੇਗਾ ਜਿਸ ਦੇ ਭਾਗ ਚੰਗੇ ਹੋਣਗੇ ਜਦ ਤੱਕ ਸਾਡੇ ਭਾਗ ਨਹੀਂ ਜਾਗਦੇ ਸਾਨੂੰ ਸੱਚੀ ਸੰਗਤ ਨਹੀਂ ਮਿਲਦੀ ਜਿੰਨੀਆਂ ਵੀ ਇਹ ਬਾਜਾਂ ਅੰਦਰੋਂ ਇਸ ਸਮੇਂ ਸਾਨੂੰ ਸੁਣਾਈ ਦਿੰਦੀਆਂ ਨੇ ਕੋਈ ਖੱਬੇ ਹੋ ਕੋਈ ਸੱਜੇ ਹੋ ਇਹ ਬਾਤ ਦੇ ਵਿੱਚ ਇੱਕ ਰੂਪ ਹੋ ਜਾਂਦੀਆਂ ਸੋ ਆਪ ਸੁਣਨਾ ਸ਼ੁਰੂ ਕਰੋ ਪਿਆਰ ਦੇ ਨਾਲ ਕਿਉਂਕਿ ਜਦ ਤੱਕ ਇਹਨਾਂ ਸ਼ਬਦਾਂ ਦੇ ਨਾਲ ਪਿਆਰ ਨਹੀਂ ਪੈਂਦਾ ਉਦੋਂ ਤੱਕ ਜੀਵ ਇਹਨਾਂ ਸ਼ਬਦਾਂ ਦੇ ਵਿੱਚ ਨਾਮ ਦੇ ਵਿੱਚ ਸਮਾ ਨਹੀਂ ਸਕਦਾ